तुसी पेटीएम यूज करदे हो तां इह खबर तुहाडे लई अहम है क्योंकि तुसी वी ठगी का शिकार हो सकते हो क्योंकि हुण ठगा दे वल्लों नवें तरीके दे नाल लोकां नूं ठगिया जा रहा है तां डिजिटल तरीके दे नाल लोकां दे खात्या दे विचों पैसे जिहड़े ने उह कढवाए जा रहे ने। तां नवां मामला जिहड़ा श्री मुक्तसर साहिब तों सामने आया जिथे कि इक नौजवान दे खाते दे विचों पैसे निकले ने। ਤਾਂ ਦੱਸਿਆ ਜਾ ਰਿਹਾ ਕਿ 76,000 ਰੁਪਏ ਇਸ ਨੌਜਵਾਨ ਦੇ ਖਾਤੇ ਦੇ ਵਿੱਚੋਂ ਨਿਕਲ ਜਾਂਦੇ ਨੇ ਤੇ ਉਸ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਉਹ ਆਪਣਾ ਖਾਤਾ ਚੈੱਕ ਕਰਦਾ ਹੈ। ਦੱਸਦੀਏ ਕਿ ਪੇਟੀਐਮ ਦੇ ਰਾਹੀਂ ਇਹ ਠੱਗੀ ਮਾਰੀ ਗਈ ਹੈ। ਪੇਟੀਐਮ ਦੇ ਵਿੱਚੋਂ 76,000 ਰੁਪਏ ਜਿਹੜੇ ਨੇ ਠੱਗਾ ਦੇ ਵੱਲੋਂ ਕੱਢ ਲਏ ਗਏ ਨੇ। ਦੱਸਿਆ ਜਾ ਰਿਹਾ ਕਿ ਨੌਜਵਾਨ ਨੇ ਦੱਸਿਆ ਕਿ ਨਾ ਤਾਂ ਉਸ ਦੇ ਕੋਲ ਕੋਈ OTP ਆਇਆ ਤੇ ਨਾ ਹੀ ਕੋਈ ਫੋਨ ਕਾਲ ਆਈ, ਪਰ ਬਾਅਦ ਵਿੱਚ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਖਾਤੇ ਦੇ ਵਿੱਚੋਂ 76,000 ਰੁਪਏ ਜਿਹੜੇ ਨੇ ਉਹ ਨਿਕਲ ਗਏ ਨੇ। ਤਾਂ ਬੇਹੱਦ ਵੱਡਾ ਤਰੀਕਾ ਜਿਹੜਾ ਅਪਣਾਇਆ ਜਾ ਰਿਹਾ, ਵੱਖਰਾ ਤਰੀਕਾ ਜਿਹੜਾ ਅਪਣਾਇਆ ਜਾ ਰਿਹਾ ਠੱਗਾਂ ਦੇ ਵੱਲੋਂ। ਹਾਲਾਂਕਿ ਪੀੜਿਤ ਨੌਜਵਾਨ ਸਨੀ ਖੇੜਾ ਦੇ ਵੱਲੋਂ ਸਾਈਬਰ ਕ੍ਰਾਈਮ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਨ੍ਹਾਂ ਦੇ ਵੱਲੋਂ ਇਸ ਨੌਜਵਾਨ ਦੇ ਖਾਤੇ ਦੇ ਵਿੱਚੋਂ ਪੈਸੇ ਕੱਢੇ ਗਏ ਨੇ। ਤਾਂ ਪਹਿਲਾਂ ਅਕਸਰ ਦੇਖਿਆ ਜਾਂਦਾ ਸੀ ਕਿ ਜਿਹੜੇ ਠੱਗ ਨੇ ਉਹਨਾਂ ਦੇ ਵੱਲੋਂ ਪਹਿਲਾਂ OTP ਮੰਗ ਕੇ ਬੈਂਕ ਖਾਤੇ ਦੇ ਵਿੱਚੋਂ ਪੈਸੇ ਕਢਵਾਏ ਜਾਂਦੇ ਨੇ, ਪਰ ਇਹ ਨਵਾਂ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਬਿਨਾਂ OTP ਅਤੇ ਬਿਨਾਂ ਕੋਲ ਤੋਂ ਹੀ ਪੇਟੀਐਮ ਖਾਤੇ ਦੇ ਵਿੱਚੋਂ ਲਗਭਗ 76,000 ਰੁਪਏ ਕਢਵਾਏ ਗਏ ਨੇ। ਤਾਂ ਨੌਜਵਾਨ ਠੱਗੀ ਦਾ ਸ਼ਿਕਾਰ ਹੋਇਆ ਡਿਜੀਟਲ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਤਾਂ ਡਿਜੀਟਲ ਤਰੀਕੇ ਦੇ ਨਾਲ ਨੌਜਵਾਨ ਦੇ ਨਾਲ ਠੱਗੀ ਮਾਰੀ ਗਈ ਹੈ। ਪੀੜਿਤ ਸਨੀ ਖੇੜਾ ਨੇ ਆਪਣੇ ਨਾਲ ਵਾਪਰੀ ਇਸ ਠੱਗੀ ਦੀ ਵਾਰਦਾਤ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਮੇਰਾ ਨਾਮ ਸਨੀ ਖੇੜਾ ਜੀ, ਮੇਰਾ ਜੀ ਮੇਰੇ ਕੋਲ ਪੇਟੀਐਮ ਚੱਲ ਰਿਹਾ ਸੀਗਾ, ਜਿਹਦੇ ਵਿੱਚ ਪੇਟੀਐਮ ਵਾਲਟ ਵੇਲੇ ਪੇਟੀਐਮ ਬੈਂਕ ਚੱਲ ਰਿਹਾ ਸੀਗਾ, ਪੇਟੀਐਮ ਪੋਸਟਪੇਡ ਚੱਲ ਰਿਹਾ ਸੀਗਾ। ਉਹਦੇ ਟੋਟਲ ਮਿਲਾ ਕੇ ਰਾਸ਼ੀ ਸੀ ਮੇਰੀ 76,000 ਰੁਪਈਆ ਜੀ। ਕੱਲ੍ਹ ਸ਼ਾਮ ਨੂੰ ਮੇਰੇ ਮੋਬਾਈਲ 'ਤੇ ਕੋਈ ਮੈਸੇਜ ਨਹੀਂ ਆਇਆ ਕਿਸੇ ਤਰ੍ਹਾਂ ਦੇ, ਕਿਸੇ ਨੇ ਹੈਕ ਕੀਤਾ, ਉਹ 76,000 ਦੀ ਰਾਸ਼ੀ ਕਿਸੇ ਨੇ ਵਿਦਡਰਾਅ ਕਰ ਲਈ ਜੀ ਵਿੱਚੋਂ। ਇਹ ਮੇਰੇ ਨਾਲ ਫਰੋਡ ਹੋਇਆ ਜੀ। ਕਿੰਨੇ ਵਜੇ ਦੀ ਘਟਨਾ ਹੋਈ? ਇਹ ਘਟਨਾ ਤਾਂ ਸਮਥਿੰਗ ਦੀ 8:15 ਦੀ ਹੈ, ਪਰ ਮੈਨੂੰ ਪਤਾ ਰਾਤੀ 10 ਵਜੇ ਲੱਗਿਆ ਜੀ। 10 ਵਜੇ ਮੈਂ ਕਿਸੇ ਨੂੰ ਪੈਸੇ ਟ੍ਰਾਂਸਫਰ ਕਰਨੇ ਸੀਗੇ ਜੀ, ਉਦੋਂ ਮੈਂ ਪੈਸੇ ਟ੍ਰਾਂਸਫਰ ਕਰਨ ਲੱਗਿਆ ਅਤੇ ਮੈਂ ਆਪਣਾ ਪੇਟੀਐਮ ਚੈੱਕ ਖੋਲਿਆ। ਜਦੋਂ ਮੈਂ ਕਿਸੇ ਨੂੰ ਪੈਸੇ ਟ੍ਰਾਂਸਫਰ ਕੀਤੇ ਦੇ ਵਿੱਚ ਬੈਲੈਂਸ ਮੇਰੇ 83 ਪੈਸੇ ਰਹਿ ਗਏ ਸੀਗੇ। ਮੈਂ ਇੱਕ ਵਾਰ ਹੈਰਾਨ ਹੋ ਗਿਆ ਜੀ, ਪਹਿਲਾਂ ਮੈਨੂੰ ਪਤਾ ਲੱਗਿਆ ਮੈਂ ਸ਼ਾਇਦ ਕੋਈ ਪੇਟੀਐਮ ਦੀ ਕੋਈ ਫਾਲਟ ਹੋਏਗਾ, ਬਾਈ ਫਾਲਟ ਮੈਨੂੰ ਬੈਲੈਂਸ ਦੱਸ ਨਹੀਂ ਰਿਹਾ ਹੈਗਾ। ਪਰ ਮੈਂ ਜਦੋਂ ਚੰਗੀ ਤਰ੍ਹਾਂ ਉਹਨੂੰ ਚੈੱਕ ਕੀਤਾ ਤਾਂ ਉਹਦੇ ਵਿੱਚ ਮੈਂ ਟ੍ਰਾਂਸਲੇਸ਼ਨ ਹਿਸਟਰੀ ਕੱਢ ਕੇ ਵੇਖੀ ਤਾਂ ਉਹਦੇ ਵਿੱਚ 25,000 ਰੁਪਇਆ ਇੱਕ ਵਿਦਡਰਾਅ ਹੋਇਆ ਹੋਇਆ ਸੀ, 25,000 ਇੱਕ ਵਿਦਡਰਾਅ ਹੋਇਆ ਹੋਇਆ ਸੀਗਾ, 16,700 ਰੁਪਇਆ ਇੱਕ ਵਿਦਡਰਾਅ ਹੋਇਆ ਸੀ, 10,000 ਇੱਕ। ਇਸ ਤਰ੍ਹਾਂ ਮਤਲਬ ਕਿ ਉਹਨਾਂ ਨੇ 8-9 ਟ੍ਰਾਂਸਲੇਸ਼ਨਾਂ ਕਿਸੇ ਅਨਨੋਨ ਨੰਬਰ 'ਤੇ ਕੀਤੀਆਂ ਹੋਈਆਂ ਸੀ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂਗਾ। ਇਸ ਤਰ੍ਹਾਂ 76,000 ਸਮਥਿੰਗ ਮੇਰਾ ਬੈਲੈਂਸ ਜਿਹੜਾ ਡਾਇਰੈਕਟ ਹੋਇਆ ਹੈਗਾ, ਮੇਰੇ ਖਾਤੇ ਉਹਨਾਂ ਨੇ ਵਿਹਲੀ ਕਰਤੇ ਜੀ। ਮੈਨੂੰ ਕਿਸੇ ਤਰ੍ਹਾਂ ਦਾ ਕੋਈ OTP ਨਹੀਂ ਆਇਆ ਜੀ, ਕਿਸੇ ਤਰ੍ਹਾਂ ਦੀ ਕੋਈ ਕਾਲ ਨਹੀਂ ਆਈਗੀ, ਕੋਈ ਲਿੰਕ ਨਹੀਂ ਆਇਆ ਹੈਗਾ ਜੀ ਜਿਹਦੇ ਤੋਂ ਮੈਨੂੰ ਪਤਾ ਲੱਗ ਜਾਵੇ ਬੰਦਾ। ਮੈਂ ਤਾਂ ਆਪ ਲੋਕਾਂ ਨੂੰ ਰੋਕਦਾ ਜੀ ਇਸ ਚੀਜ਼ ਦਾ, ਕਿਸੇ ਨੂੰ OTP ਸ਼ੇਅਰ ਨਾ ਕਰੋ। ਮੈਂ ਤਾਂ ਕਿਉਂ ਕਰੂੰਗਾ, ਇਹ ਪਤਾ ਹੀ ਨਹੀਂ ਕਿਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਜੀ। ਮੇਰੇ ਮੋਬਾਈਲ 'ਤੇ ਜੋ ਵੀ ਕਿਸੇ ਦਾ ਟੈਕਸਟ ਮੈਸੇਜ ਆਉਂਦਾ ਸੀ ਉਹ ਆਟੋਮੈਟਿਕ ਕਿਸੇ ਹੋਰ ਦੇ ਨੰਬਰ 'ਤੇ ਟ੍ਰਾਂਸਫਰ ਹੋ ਰਿਹਾ ਸੀਗਾ, ਜਿਹੜਾ ਦੁਪਹਿਰ 1:30 ਵਜੇ ਤੋਂ ਲੱਗਿਆ ਹੋਇਆ ਸੀ, ਪਰ ਮੈਨੂੰ ਕਿਸੇ ਪਤਾ ਨਹੀਂ ਲੱਗਿਆ। ਮੈਂ ਆਪਦੇ ਕੰਮ 'ਚ ਮਸਤ ਸੀਗਾ, ਮੈਂ ਟੈਕਸਟ ਮੈਸੇਜ ਵੇਖਿਆ ਹੀ ਨਹੀਂਗਾ ਜੀ, ਨਾ ਹੀ ਮੈਂ ਕਦੇ ਆਪਦੀ ਈਮੇਲ ਆਈ ਡੀ ਖੋਲ੍ਹ ਕੇ ਜਲਦੀ ਕਿਤੇ ਵੇਖੀ ਹੈਗੀ ਹੈ। ਟ੍ਰਾਂਸਲੇਸ਼ਨ ਕਿਸੇ ਦੀ ਮੈਨੂੰ ਆਈ ਐਂਟਰੀ, ਮੈਂ ਉਹਦੀ ਨੋਟੀਫਿਕੇਸ਼ਨ ਹੀ ਵੇਖ ਲੈਂਦਾ ਸੀ, 2,000 ਰੁਪਇਆ ਮੇਰੇ ਕੋਲ ਆ ਗਿਆ, ਮੈਂ ਉਵੇਂ ਵੇਖ ਕੇ ਬੰਦ ਕਰ ਦਿੰਦਾ ਸੀਗਾ। ਜਦੋਂ ਰਾਤ ਮੈਂ ਪੇਟੀਐਮ ਕਿਸੇ ਨੂੰ ਸੈਂਡ ਕਰਨਾ ਸੀਗੇ, ਕਿਸੇ ਨੂੰ ਪੇਮੈਂਟ ਕਰਨੀ ਸੀਗੀ, ਉਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਪੇਟੀਐਮ ਨੂੰ ਕਿਸੇ ਨੇ ਹੈਕ ਕਰਕੇ ਉਹਦੇ 'ਚੋਂ ਸਾਰੇ ਪੈਸੇ ਵਿਦਡਰਾਅ ਕਰ ਲਏ ਹੈਗੇ ਆ ਜੀ। ਇਸ ਤਰ੍ਹਾਂ ਮੈਨੂੰ ਪਤਾ ਲੱਗਿਆ ਕੋਈ ਨੰਬਰ ਕਿਸ ਤਰ੍ਹਾਂ ਸੀ ਜਿਹੜੇ ਮੈਸੇਜ ਤੁਸੀਂ ਕਹਿੰਦੇ? ਦੇਖੋ ਜੀ, ਜਿਹੜੇ ਉਹਨਾਂ ਨੇ ਟ੍ਰਾਂਸਫਰ ਕੀਤੀ ਹੈਗੀ ਹੈ, ਐਂਟਰੀਆਂ ਕੀਤੀਆਂ ਹੈਗੀਆਂ, ਉਹ ਕਿਸੇ ਨਾਮ 'ਤੇ ਸ਼ੋ ਕਰ ਰਿਹਾ ਹੈਗਾ, ਅਲਤਾਫ ਕੋਈ ਇਸ ਤਰ੍ਹਾਂ ਦਾ ਮੁਸਲਮਾਨ ਦਾ ਨਾਂ ਲੱਗ ਰਿਹਾ ਹੈਗਾ ਜਿਹਦੇ 'ਤੇ ਵਿਦਡਰਾਅ ਹੋਇਆ। ਉਹਦੇ ਜਿਹੜੀਆਂ ਦੋ ਛੋਟੀਆਂ ਐਂਟਰੀਆਂ ਹੋਈਆਂ, ਇੱਕ 187 ਰੁਪਏ ਦੀ, ਇੱਕ 78 ਰੁਪਏ ਦੀ, ਇੱਕ ਕੁਛ ਸਮਥਿੰਗ ਹੈਗੀ ਹੈ 200 ਦੀ, ਉਹ 3 ਐਂਟਰੀਆਂ ਦੇ ਵਿੱਚ ਇੱਕ ਨਾਮ ਵੱਖਰਾ ਆ ਰਿਹਾ। ਉਹਦੇ ਵਿੱਚ ਇੱਕ UPI ID ਉਹਦੇ ਸ਼ੋਅ ਕਰ ਰਹੀ ਹੈ, ਜਿਹਦੇ 'ਚ 10 ਅੱਖਰਾਂ ਦਾ ਮੋਬਾਈਲ ਨੰਬਰ ਸ਼ੋਅ ਕਰ ਰਿਹਾ ਹੈਗਾ, ਜਿਹੜਾ ਕਿ ਮੈਂ ਪੁਲਿਸ ਦੇ ਦੁਆਰਾ ਉਹਨੂੰ ਟਰੇਸ ਕਰਾਇਆ ਹੈਗਾ। ਉਹ ਮੈਨੂੰ ਪਤਾ ਲੱਗਿਆ ਕਿ ਉਹ ਨੰਬਰ ਝਾਰਖੰਡ ਦਾ ਹੈ ਜੀ, ਬਾਹਰ ਦਾ ਨੰਬਰ ਹੈ, ਉਹ ਇੱਥੋਂ ਦਾ ਨੰਬਰ ਨਹੀਂ ਹੈਗਾ ਜੀ, ਇੱਥੋਂ ਵੀ ਬਾਹਰੋਂ ਹੀ ਫਰੋਡ ਹੋ ਰਿਹਾ। ਅੱਜ ਦੇ ਟਾਈਮ 'ਤੇ ਸਰ ਠੱਗੀਆਂ ਇਹੋ ਜਿਹੀਆਂ ਬਣ ਚੁੱਕੀਆਂ, ਬਿਨਾਂ OTP ਤੋਂ, ਬਿਨਾਂ ਲਿੰਕ ਤੋਂ, ਬਿਨਾਂ ਕਾਲ ਤੋਂ ਆਪਣੇ ਨਾਲ ਫਰੋਡ ਹੋ ਰਿਹਾ ਹੈਗਾ। ਮੈਂ ਹੁਣ ਜਿਹੜੇ ਆਉਣ ਵਾਲੇ ਅੱਜ ਕੱਲ੍ਹ ਪੀੜ੍ਹੀ ਹੈ, ਜਿਹੜੇ ਪੇਟੀਐਮ ਚਲਾ ਰਹੀ ਹੈਗੀ ਹੈ, ਗੂਗਲ ਪੇ ਚਲਾ ਰਹੀ ਹੈ, ਉਹਨਾਂ ਨੂੰ ਸਿਕਿਓਰ ਕਰਦਾ ਹੈਗਾ ਵੀ ਤੁਸੀਂ ਪੇਮੈਂਟ ਵੈਸੇ ਤਾਂ ਘੱਟ ਤੋਂ ਘੱਟ ਰੱਖੋ, ਅਗਰ ਯੂਜ਼ ਕਰਨਾ ਹੈਗਾ ਤਾਂ, ਅਤੇ ਉਹਨੂੰ ਅਗਰ ਯੂਜ਼ ਕਰਨਾ ਵੀ ਹੈ ਤਾਂ ਪੂਰਾ ਸਿਕਿਓਰ ਹੋ ਕੇ ਉਹਨੂੰ ਤੁਸੀਂ ਆਪਦਾ ਅਲਰਟ ਹੋ ਕੇ ਯੂਜ਼ ਕਰੋ ਉਹਨੂੰ ਤੁਸੀਂ।
देखो सर मैं ईमेल आईडी भी वैसे घट ही यूज करता है पर हुण पेटीएम दे लिंक होने करके जो मेरे नाल एक घटना होगी मैंने पता लग गया तो उस तो बाद मैं रात नूं सर्च कर रहा सी 1:30 बजे मैं आपकी ईमेल आईडी खोली उहदे विच एक मैसेज आया होया सीगा बी यूअर पेटीएम लॉगिन आईफोन 7 ते उत्ते किसी ने पेटीएम मेरे नंबर का लॉगिन किया हैगा उन्हें जो मेरा मोबाइल हैंग कर लिया तो ऑटोमैटिक मेरी ईमेल आईडी भी उन्होंने कोल होगी। ਤਾਂ ਠੱਗੀ ਦਾ ਸ਼ਿਕਾਰ ਹੋਏ ਸਨੀ ਖੇੜਾ ਨਾਮਕ ਨੌਜਵਾਨ ਨੇ ਦੱਸਿਆ ਕਿ ਉਸਨੂੰ ਉਦੋਂ ਪਤਾ ਲੱਗਿਆ ਜਦੋਂ ਉਸਨੇ ਆਪਣਾ ਪੇਟੀਐਮ ਦਾ ਅਕਾਊਂਟ ਚੈੱਕ ਕੀਤਾ, ਹਿਸਟਰੀ ਚੈੱਕ ਕੀਤੀ ਕਿ ਉਸਦੇ ਅਕਾਊਂਟ ਦੇ ਵਿੱਚੋਂ 76,000 ਰੁਪਏ ਜਿਹੜੇ ਨੇ ਨਿਕਲੇ ਨੇ। ਹਾਲਾਂਕਿ ਕਿਸਦੇ ਵੱਲੋਂ ਕੱਢੇ ਗਏ ਨੇ ਇਹ ਜਾਣਕਾਰੀ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ। ਤਾਂ ਨੌਜਵਾਨ ਜਿਹੜਾ ਹੈ ਠੱਗੀ ਦਾ ਸ਼ਿਕਾਰ ਹੋਇਆ, ਅਣਪਛਾਤਿਆਂ ਦੇ ਵੱਲੋਂ ਉਸਦੇ ਪੇਟੀਐਮ ਖਾਤੇ ਦੇ ਵਿੱਚੋਂ ਲਗਭਗ 76,000 ਰੁਪਏ ਜਿਹੜੇ ਨੇ ਉਹ ਕਢਵਾਏ ਗਏ ਨੇ। ਤੇ ਉਧਰ ਜਦੋਂ ਇਸ ਬਾਬਤ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਜਿਹੜੀ ਹੈ ਮੀਡੀਆ ਦੇ ਨਾਲ ਸਾਂਝੀ ਨਹੀਂ ਕੀਤੀ ਹੈ। ਪਰ ਨੌਜਵਾਨ ਦੇ ਵੱਲੋਂ ਇਹ ਗੁਹਾਰ ਲਗਾਈ ਜਾ ਰਹੀ ਹੈ ਕਿ ਪੁਲਿਸ ਇਹਨਾਂ ਲੁਟੇਰਿਆਂ ਨੂੰ ਫੜੇ ਜਿਨ੍ਹਾਂ ਦੇ ਵੱਲੋਂ ਉਸਦੇ ਪੇਟੀਐਮ ਦੇ ਵਿੱਚੋਂ 76,000 ਰੁਪਏ ਕਢਵਾਏ ਗਏ ਨੇ। ਤਾਂ ਸਨੀ ਖੇੜਾ ਨਾਮ ਦਾ ਇਹ ਵਿਅਕਤੀ ਹੈ, ਇਹ ਨੌਜਵਾਨ ਹੈ ਜਿਸ ਦੇ ਨਾਲ ਡਿਜੀਟਲ ਠੱਗੀ ਵੱਜੀ ਹੈ। ਉਸਦੇ ਪੇਟੀਐਮ ਦੇ ਵਿੱਚੋਂ 76,000 ਰੁਪਏ ਕਢਵਾਏ ਗਏ ਨੇ। ਦੱਸਦੇ ਕਿ ਬਿਨਾਂ OTP ਅਤੇ ਬਿਨਾਂ ਕਾਲ ਤੋਂ ਇਹ ਪੈਸੇ ਨਿਕਲੇ ਨੇ, ਜਿਸ ਤੋਂ ਬਾਅਦ ਇਹ ਨੌਜਵਾਨ ਜਿਹੜਾ ਕਾਫੀ ਪਰੇਸ਼ਾਨ ਨਜ਼ਰ ਆ ਰਿਹਾ। ਦੱਸਦੇ ਕਿ ਇਹ ਨੌਜਵਾਨ ਜਿਹੜਾ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਮੋਬਾਈਲ ਅਸੈਸਰੀ ਦਾ ਕੰਮ ਕਰਦਾ, ਜਿਸਦੇ ਨਾਲ ਇਹ ਧੋਖਾਧੜੀ ਹੋਈ ਆ। ਇਸਦੇ ਅਕਾਊਂਟ ਦੇ ਵਿੱਚੋਂ 76,000 ਰੁਪਏ ਜਿਹੜੇ ਨੇ ਉਹ ਨਿਕਲੇ ਨੇ।